ਹਾਂਜੀ ਤੁਹਾਡਾ ਬਾਬਾ ਸਵਾਗਤ ਹੈ ਆਪਣੇ ਚੈਨਲ ਉੱਤੇ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਸਪਾਊਸਲ ਓਪਨ ਪਾਪਾਂਟ ਦੇ ਬਾਰੇ। ਕਾਫੀ ਇਹਨਾਂ ਦੇ ਇਸ ਚੀਜ਼ ਦੇ ਉੱਤੇ ਕੁਐਸਚਨ ਆਉਂਦੇ ਨੇ ਕਿ ਕਦੋਂ ਤੱਕ ਸਾਡੇ ਰਿਜ਼ਲਟ ਜਿਹੜੇ ਦੇਖਣ ਨੂੰ ਮਿਲਣਗੇ। ਹਰ ਇੱਕ ਦੂਜਾ ਤੀਜਾ ਕਮੈਂਟ ਹੈ ਇਹੀ ਦੇਖਣ ਨੂੰ ਮਿਲਦਾ ਕਿ ਸਪਾਊਸਲ ਓਪਨ ਪਾਪਾਂਟ ਦੇ ਬਾਰੇ ਦੱਸੋ, ਕਿਉਂਕਿ ਬਹੁਤ ਜ਼ਿਆਦਾ ਐਪਲੀਕੇਸ਼ਨ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ। ਉਸ ਤੋਂ ਬਾਅਦ ਸਪਾਊਸਲ PR ਦੇ ਬਾਰੇ, ਫਿਰ LMI ਵਾਲੇ ਜਾਂ ਫਿਰ ਨੈਨੀ ਵਾਲੇ ਜਿਹੜੇ ਕੁਐਸਚਨ ਪੁੱਛਦੇ ਨੇਗੇ, ਉਹਨਾਂ ਵਾਸਤੇ ਵੀ ਮੈਂ ਅਲੱਗ ਤੋਂ ਵੀਡੀਓ ਲੈ ਕੇ ਆਊਂਗਾ। ਬਟ ਅੱਜ ਦੇ ਜਿਹੜੇ ਖਾਸਕਰ ਕੁਐਸਚਨ ਹੈਗੇ ਨੇ ਸਪਾਊਸਲ ਓਪਨ ਵਰਕ ਪਰਮਿਟ ਦੇ ਨੇਗੇ, ਉਸ ਦੇ ਮੈਂ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ। ਤਾਂ ਤੁਹਾਨੂੰ ਕਹੂੰਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ, ਵੀਡੀਓ ਤੁਹਾਡੀ ਇਨਫੋਰਮੇਟਿਵ ਹੋਊਗੀ ਅਤੇ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਸਾਰੇ ਡਾਊਟ ਨੇ ਜਿਹੜੇ ਕਲੀਅਰ ਕਰਾਂ ਅਤੇ ਦੱਸਣ ਦੀ ਕੋਸ਼ਿਸ਼ ਕਰਾਂ ਕਿ ਕਿਉਂ ਜਿਹੜੇ ਰਿਜ਼ਲਟ ਸਲੋ ਆ ਰਹੇ ਨੇ ਅਤੇ ਕੀ ਪ੍ਰੋਸੈਸਿੰਗ ਟਾਈਮ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ ਅਤੇ ਕਦੋਂ ਤੱਕ ਸਾਨੂੰ ਸਾਡੇ ਰਿਜ਼ਲਟ ਅਸੀਂ ਐਕਸਪੈਕਟ ਹੈ ਜਿਹੜਾ ਕਰ ਸਕਦੇ ਹਾਂਗੇ। ਹਾਂਜੀ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਹੂੰਗਾ ਕਿ ਕਾਫੀ ਜਣੇ ਨੇ ਮੈਨੂੰ ਕਹਿੰਦੇ ਨੇ ਕਿ ਤੁਸੀਂ ਪਹਿਲਾਂ ਵੀਡੀਓ 'ਚ ਵੀ ਕਿਹਾ ਅਤੇ ਹੁਣ ਵੀ ਕਾਫੀ ਲੋਕ ਕਹਿ ਰਹੇ ਨੇ ਕਿ ਸਾਡਾ ਰਿਜ਼ਲਟ ਆ ਗਿਆ, ਸਾਡਾ ਰਿਜ਼ਲਟ ਆ ਗਿਆ। ਬਟ ਜੇਕਰ ਅਸੀਂ ਵਟਸਐਪ ਗਰੁੱਪ ਦੇ ਵਿੱਚ ਦੇਖੀਏ ਤਾਂ ਉਸ ਦੇ ਵਿੱਚ ਜਿਹੜੇ ਖਾਸਕਰ ਰਿਜ਼ਲਟ ਨੇ ਜਿਹੜੇ ਉਹ ਦੇਖਣ ਨੂੰ ਨਹੀਂ ਮਿਲ ਰਹੇ ਹੈਗੇ। ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੇਕਰ ਆਪਾਂ ਗਰੁੱਪ ਦੇਖੀਏ, ਗਰੁੱਪ ਮੇਰੇ ਹਿਸਾਬ ਨਾਲ ਮੇਰੇ ਕੋਲ 3 ਗਰੁੱਪ ਨੇ ਸਪਾਊਸਲ ਓਪਨ ਪਾਪਾਂਟ ਦੇ, ਜਿਸ ਦੇ ਵਿੱਚ ਘੱਟੋ ਘੱਟ 600 ਤੋਂ 700 ਬੰਦਾ ਹੋਊਗਾ, ਹੈ ਨਾ, ਜਿਸ 'ਤੇ ਮਤਲਬ ਕਿ ਆਪਣੀਆਂ ਫਾਈਲਸ ਲੱਗੀਆਂ ਹੋਈਆਂ ਨੇਗੀਆਂ। ਬਟ ਮੈਂ ਤੁਹਾਨੂੰ ਇਹ ਚੀਜ਼ ਕਹੂੰਗਾ, ਉਸ ਦੇ ਵਿੱਚ ਕੁਛ ਏਜੰਟ ਜਾਂ ਲੋਇਰ ਵੀ ਬੜੇ ਹੋਏ ਨੇਗੇ ਜਿਨ੍ਹਾਂ ਦੀਆਂ ਫਾਈਲਾਂ ਨਹੀਂ ਲੱਗੀਆਂ ਹੋਈਆਂ ਅਤੇ ਉਹ ਦੇਖ ਰਹੇ ਨੇ ਕਿ ਚੈੱਕ ਕਰ ਰਹੇ ਨੇ ਕਿਸ ਹਿਸਾਬ ਨਾਲ ਚੱਲ ਰਹੇ, ਆਪਦੀ ਐਡਵਰਟਾਈਜ਼ਮੈਂਟ ਵੀ ਕਰ ਦਿੰਦੀ ਹੈ। ਬਟ ਮੈਂ ਤੁਹਾਨੂੰ ਕਹੂੰਗਾ ਕਿ ਇਤੋਂ 700 ਤੋਂ 600 ਤੋਂ ਲੈ ਕੇ ਬਹੁਤ ਜ਼ਿਆਦਾ ਐਪਲੀਕੇਸ਼ਨ ਇਸ ਤੋਂ ਵੀ ਜ਼ਿਆਦਾ ਲੱਗੀ ਹੋਈ, ਆਪਾਂ ਕਹਿ ਸਕਦੇ ਹਾਂ ਕਿ ਮੇਰੇ ਹਿਸਾਬ ਨਾਲ 5 ਤੋਂ 10 ਹਜ਼ਾਰ ਫਾਈਲਸ ਤਾਂ ਤਕਰੀਬਨ ਜਿਹੜੀਆਂ ਲੱਗੀ ਹੋਣਗੀਆਂ, ਇਸ ਤੋਂ ਵੱਧ ਭਾਵੇਂ ਹੁਣ ਇਸ ਤੋਂ ਘੱਟ ਨਹੀਂ ਆਪਾਂ ਕਹਿ ਸਕਦੇ ਹੈਗੇ। ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਜਣੇ ਨੇ ਜਿਹੜੇ ਗਰੁੱਪਸ ਦੇ ਵਿੱਚ ਐਡ ਨਹੀਂ ਹੈਗੇ ਅਤੇ ਬਹੁਤ ਸਾਰੇ ਜਣੇ ਨੇ ਜਿਹੜੇ ਦੂਸਰੇ ਗਰੁੱਪਸ ਦੇ ਵਿੱਚ ਐਡ ਨੇਗੇ ਅਤੇ ਜਿਨ੍ਹਾਂ ਦੇ ਮੇਰੇ ਨਾਲ ਲਿੰਕ ਨੇਗੇ, ਉਹ ਸਾਰੇ ਮੈਨੂੰ ਹੀ ਫੋਨ ਕਰਦੇ ਨੇ ਕਿ ਆਪਣੇ ਗਰੁੱਪ ਦੇ ਵਿੱਚ ਕੋਈ ਰਿਵਰਟ ਨਹੀਂ ਆ ਰਿਹਾ। ਬਟ ਹੋਰ ਦੇਖੋ, ਆਪਣੇ ਗਰੁੱਪ ਦੇ ਵਿੱਚ ਵੀ ਕਾਫੀ ਜਿਹੜੇ ਰਿਵਰਟ ਦੇਖਣ ਨੂੰ ਮਿਲ ਰਹੇ ਨੇ। ਮੇਰੇ ਨੌਨ ਦੇ ਵਿੱਚ ਬਹੁਤ ਜਣੇ ਗਏ ਨੇ ਆਪਣੇ ਗਰੁੱਪ ਦੇ ਵਿੱਚ, ਬਹੁਤ ਸਾਰੇ ਵੀਰ ਜਿਹੜੇ ਕੈਨੇਡਾ ਨੇ ਜਿਹੜੇ ਪਹੁੰਚ ਵੀ ਚੁੱਕੇ ਨੇਗੇ। ਬਟ ਇਸ ਟਾਈਮ ਦੇ ਉੱਤੇ ਆਪਾਂ ਦੇਖੀਏ ਤਾਂ ਲਾਸਟ ਵੀਕ ਦੇ ਵਿੱਚ ਬਹੁਤ ਵਧੀਆ ਜਿਹੜੇ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲੇ ਸੀਗੇ ਲਾਸਟ ਤੋਂ ਲਾਸਟ ਵੀਕ। ਤੁਸੀਂ ਵੀ ਚੀਜ਼ ਸਮਝ ਸਕਦੇ ਹੋ, ਆਪਣੇ ਗਰੁੱਪ ਦੇ ਵਿੱਚ ਵੀ ਬਹੁਤ ਜ਼ਿਆਦਾ ਰਿਜ਼ਲਟ ਦੇ ਜਿਹੜੇ ਆਏ ਸੀਗੇ। ਬਟ ਹੁਣ ਫਿਰ ਅਗਲੇ ਵੀਕ ਤੋਂ ਕਿ ਕੁਛ ਰਿਵਰਟ ਨੇ ਜਿਹੜੇ ਸਲੋ ਹੋਣੇ ਸ਼ੁਰੂ ਹੋਏ ਨੇਗੇ। ਉਸਦਾ ਮੇਨ ਰੀਜ਼ਨ ਕੁਛ ਦੱਸ ਨਹੀਂ ਸਕਦੇ, ਹੈ ਨਾ, ਕੀ ਪ੍ਰੋਬਲਮ ਜਿਹੜੀ ਚੱਲ ਰਹੀ ਹੈ। ਵੈਸੇ ਕਿਸ ਹਿਸਾਬ ਨਾਲ ਜਿਹੜਾ ਹੁਣ ਵਰਕ ਕਰਨਾ ਸ਼ੁਰੂ ਕਰੂਗੀ, ਹੁਣ ਫਿਰ ਦੁਬਾਰਾ ਹੋਲੀਡੇਜ਼ ਵਗੈਰਾ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਕਹੂੰਗਾ ਕਿ ਅੰਬੈਸੀ ਦਾ ਕੁਛ ਵੀ ਪਤਾ ਨਹੀਂ ਚੱਲ ਰਿਹਾ। ਕਿਸੇ ਨੂੰ ਤਾਂ ਨਵੀਂ ਫਾਈਲ ਆਈ ਹੋਈ ਆ, ਉਸਦਾ ਹੀ ਉਸਨੂੰ ਰਿਵਰਟ ਜਲਦੀ ਮਿਲ ਚੁੱਕਿਆ ਹੈਗਾ। ਕਿਸੇ ਨੂੰ ਫਾਈਲ ਆਈ ਨੂੰ 1.5-2 ਸਾਲ ਹੋ ਗਏ, ਉਹਨਾਂ ਨੂੰ ਹਾਲੇ ਤੱਕ ਉਹਨਾਂ ਦਾ ਰਿਵਰਟ ਜਿਹੜਾ ਨਹੀਂ ਮਿਲਿਆ ਹੈਗਾ। ਬਟ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰਦਾ, ਇਸ ਦੇ ਵਿੱਚ ਬਹੁਤ ਸਾਰੀਆਂ ਫਾਈਲਸ ਇਹੋ ਜਿਹੀਆਂ ਨੇਗੇ ਜਿਨ੍ਹਾਂ ਦੇ ਸਪਾਊਸ ਦਾ ਸਟੇਟਸ ਆ ਜਿਹੜਾ ਚੇਂਜ ਹੋ ਚੁੱਕਿਆ ਹੈਗਾ, ਬਟ ਉਹਨਾਂ ਨੇ ਹਾਲੇ ਤੱਕ ਕੋਈ ਵੀ ਆਪਣਾ ਡਾਕੂਮੈਂਟ ਆ ਜਿਹੜਾ ਅਪਡੇਟ ਨਹੀਂ ਕੀਤਾ। ਇਸ ਲਈ ਬਹੁਤ ਸਾਰੀਆਂ ਫਾਈਲਸ ਦੇ ਰਿਜ਼ਲਟ ਨੇ ਜਿਹੜੇ ਵੀਜ਼ਾ ਆਫੀਸਰ ਵੱਲੋਂ ਹੋਲਡ 'ਤੇ ਵੀ ਕੀਤੇ ਜਾ ਚੁੱਕੇ ਹੋਣਗੇ ਕਿ ਜਦੋਂ ਤੱਕ ਇਹ ਅਪਡੇਟ ਨਹੀਂ ਕਰਦੇ ਉਦੋਂ ਤੱਕ ਉਹਨਾਂ ਦੇ ਜਿਹੜੇ ਰਿਵਰਟ ਹੋਲਡ, ਕਿਉਂਕਿ ਜੇਕਰ ਉਹ ਇਸ ਤੋਂ ਪਹਿਲਾਂ ਰਿਵਰਟ ਦਿੰਦੇ ਨੇ ਕੁਛ ਵੀ ਅਪਡੇਟ ਕਰੇ ਤੋਂ ਪਹਿਲਾਂ ਤਾਂ ਲਗਭਗ ਫਾਈਲ ਦੇ ਰਿਫਿਊਜ਼ ਹੋਣ ਦੇ ਚਾਂਸਸ ਹੀ ਹੁੰਦੇ ਨੇ। ਤਾਂ ਇਹ ਚੀਜ਼ ਵੀ ਆਪਾਂ ਮੰਨ ਸਕਦੇ ਹਾਂ। ਅਤੇ ਹੁਣ ਇਹ ਕੁਐਸਚਨ ਆਉਂਦਾ ਕਿ ਬਟ ਹੁਣ ਤੱਕ ਸਾਨੂੰ ਰਿਜ਼ਲਟ ਹੈ ਫਿਰ ਕਦੋਂ ਮਿਲੂਗਾ, ਹੈ ਨਾ। ਅਸੀਂ ਤਾਂ ਹਰ ਇੱਕ ਚੀਜ਼ ਆ ਜਿਹੜੀ ਅਪਡੇਟ ਵੀ ਕਰਤੀ, ਹਰ ਇੱਕ ਡਾਕੂਮੈਂਟ ਅਪਡੇਟ ਕਰਤਾ, ਹਰ ਇੱਕ ਚੀਜ਼ ਆ ਜਿਹੜੀ ਸਾਡੀ ਕਲੀਅਰ ਹੋ ਚੁੱਕੀ ਹੈ, ਬਟ ਰਿਵਰਟ ਸਾਨੂੰ ਕਦੋਂ ਤੱਕ ਮਿਲੂਗਾ। ਬਟ ਇਸ ਟਾਈਮ 'ਤੇ ਤੁਹਾਨੂੰ ਦੱਸ ਦਿਆਂ ਮੈਂ ਜੋ ਪ੍ਰੋਸੈਸਿੰਗ ਟਾਈਮ ਆ 33 ਵੀਕਸ ਜਿਹੜਾ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ, ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ, ਡੇ ਬਾਈ ਡੇ ਇਨਕਰੀਜ਼ ਹੋ ਰਿਹਾ। ਅਤੇ ਕਾਫੀ ਜਣੇ ਕਹਿ ਰਹੇ ਨੇ ਕਿ ਇਨਕਰੀਜ਼ ਕਿਉਂ ਹੋ ਰਿਹਾ। ਦੇਖੋ, ਮੈਂ ਜਿਵੇਂ ਕਿਸੇ ਨੂੰ ਪਹਿਲਾਂ ਕਿਹਾ ਸੀ, ਉਹ ਦੇਖਦੇ ਨੇ ਕਿ ਲਾਸਟ ਫਾਈਲਸ ਕਿੰਨੇ ਟਾਈਮ 'ਚ ਜਿਹੜੀਆਂ ਪ੍ਰੋਸੈਸ ਹੋਈਆਂ ਨੇਗੀਆਂ, ਉਸ ਹਿਸਾਬ ਨਾਲ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਨਿਕਲ ਕੇ ਆਉਂਦਾ। ਮੈਂ ਜੀ ਮੰਨਦਾ ਸੀਗਾ ਕਿ ਹੁਣ ਸਾਰੀਆਂ ਚੀਜ਼ਾਂ ਜਦੋਂ ਓਪਨ ਹੋ ਚੁੱਕੀਆਂ ਤਾਂ ਇਹ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਘਟਣਾ ਸ਼ੁਰੂ ਹੋ ਜੂਗਾ। ਅਤੇ ਇਹ ਪ੍ਰੋਸੈਸਿੰਗ ਟਾਈਮ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲਾਂ ਮਾਰਚ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੋ ਗਿਆ ਸੀ, 8 ਵੀਕ 7 ਵੀਕ ਵੀ ਰਹਿ ਚੁੱਕਿਆ, 6 ਵੀਕ ਵੀ ਜਿਹੜਾ ਇਹ ਰਿਹਾ ਸੀਗਾ। ਬਟ ਹੁਣ ਫਿਰ ਦੁਬਾਰਾ ਜਿਹੜਾ ਇਨਕਰੀਜ਼ ਹੋਈ ਜਾ ਰਿਹਾ। ਅਤੇ ਮੈਂ ਤੁਹਾਨੂੰ ਇਹ ਕਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਵੀਕਸ ਦੇ ਵਿੱਚ ਇਹ ਪ੍ਰੋਸੈਸਿੰਗ ਟਾਈਮ ਮੇਰੇ ਹਿਸਾਬ ਨਾਲ ਜ਼ਰੂਰ ਘਟਣਾ ਸ਼ੁਰੂ ਹੋਊਗਾ। ਜਦੋਂ ਹੀ ਅੰਬੈਸੀ ਜਿਹੜੇ ਰਿਵਰਟ ਦੇਣੇ ਸ਼ੁਰੂ ਹੋ ਗਏ, ਤੁਸੀਂ ਇਸ ਚੀਜ਼ ਤੋਂ ਵੀ ਪਤਾ ਲਾ ਸਕਦੇ ਹੋ ਕਿ ਰਿਵਰਟ ਰਹੇ ਸਪੀਡ ਨਾਲ ਆ ਰਹੇ, ਕਿਸ ਹਿਸਾਬ ਨਾਲ ਜਿਹੜੀ ਅੰਬੈਸੀ ਹੈ ਜਿਹੜੇ ਰਿਵਰਟ ਆ ਉਹ ਦੇ ਰਹੀ ਹੈਗੀ। ਅਤੇ ਹੁਣ ਇਹੀ ਕੁਐਸਚਨ ਹੁੰਦਾ ਕਿ ਸਾਨੂੰ ਕਦੋਂ ਤੱਕ ਜਿਹੜੇ ਰਿਜ਼ਲਟ ਮਿਲ ਜਾਣਗੇ। ਹੁਣ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਕੰਪਲੀਟ ਹੋ ਚੁੱਕੀਆਂ ਨੇ ਅਤੇ ਹੁਣ ਤਾਂ ਇਹ ਸਾਲ ਵੀ ਜਿਹੜਾ ਖਤਮ ਹੋਣ ਵਾਲਾ ਗਾ। ਦੇਖੋ, ਇਹ ਚੀਜ਼ ਤਾਂ ਹੁਣ ਅੰਬੈਸੀ ਆਫੀਸਰ ਹੀ ਆਪਾਂ ਨੂੰ ਦੱਸ ਸਕਦਾ, ਜਾਂ ਅੰਬੈਸੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੀ ਆਪਾਂ ਨੂੰ ਦੱਸ ਸਕਦੇ ਨੇ ਕਿਹੜੇ ਰਿਵਰਟ ਨੇ ਉਹ ਕਦੋਂ ਤੱਕ ਦੇਖਣ ਨੂੰ ਮਿਲਣਗੇ। ਇਹ ਚੀਜ਼ ਆਪਾਂ ਕਲੀਅਰਟੀ ਨਾਲ ਜਿਹੜਾ ਮੈਂ ਤੁਹਾਨੂੰ ਬਿਲਕੁਲ ਵੀ ਜਿਹੜਾ
ਕੇਪਸ ਨੋਟ ਮੰਨੇ ਜਾਂਦੇ ਨੇ ਉਹਨੂੰ 40 ਦਿਨ ਜਿਹੜੇ ਘੱਟੋ ਘੱਟ ਲੱਗਦੇ ਨੇਗੇ ਜਾਂ ਤੁਸੀਂ ਐਮ ਪੀ ਇਨਕੁਆਇਰੀ ਰਾਹੀਂ ਵੀ ਪਤਾ ਕਰ ਸਕਦੇ ਹੋ ਬਟ ਉਸਦੇ ਵਿੱਚ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਨਹੀਂ ਹੁੰਦੀ ਹੈਗੀ ਤਾਂ ਇਸ ਤੋਂ ਬਾਅਦ ਤੁਹਾਨੂੰ ਦੱਸ ਦੇਵਾਂ ਕਿ ਜਿਵੇਂ ਤੁਹਾਨੂੰ ਪਤਾ ਹੈ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਸਾਰੀਆਂ ਕੈਟੇਗਰੀਆਂ ਜਿਹੜੀਆਂ ਓਪਨ ਹੋ ਚੁੱਕੀਆਂ ਨੇਗੀਆਂ ਅਤੇ ਹਰ ਇੱਕ ਚੀਜ਼ ਨੂੰ ਜਿਹੜੀ ਕੈਨੇਡਾ ਨੇ ਅਲਾਓ ਕਰ ਦਿੱਤਾ ਵੈਕਸੀਨੇਸ਼ਨ ਜਿਨ੍ਹਾਂ ਨੇ ਲਵਾ ਲਈ ਹੈ ਉਹ ਵੀ ਜਿਹੜੇ ਕੈਨੇਡਾ ਨੂੰ ਟਰੈਵਲ ਕਰ ਪਾਉਣਗੇ ਬਟ ਫਿਰ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਜਿਹੜਾ ਕਿਉਂ ਨਹੀਂ ਕਰ ਰਹੀ ਹੈ ਕੈਨੇਡਾ ਐਮਬੈਸੀ ਹਰ ਇੱਕ ਦਾ ਜਿਹੜਾ ਇਹੀ ਕੁਐਸਚਨ ਆਉਂਦਾ ਗਾ ਕਿਉਂ ਸਾਡੇ ਨਾਲ ਐਵੇਂ ਕੀਤਾ ਜਾ ਰਿਹਾ ਕਿਉਂ ਦੂਜੀਆਂ ਕੈਟੇਗਰੀਆਂ ਨੂੰ ਇਗਨੋਰ ਕੀਤਾ ਜਾ ਰਿਹਾ ਕਿਉਂ ਜਿਹੜੇ ਹੁਣ ਜਿਹੜੇ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਉਹਨਾਂ ਨੂੰ ਕਿਉਂ ਉਹਨਾਂ ਦੇ ਰਿਵਰਟ ਫਾਸਟ ਆ ਰਹੇ ਨੇ ਦੇਖੋ ਇਹ ਉਹੀ ਸਮਝਾ ਸਕਦੇ ਨੇ ਕਿਸ ਹਿਸਾਬ ਨਾਲ ਜਿਹੜਾ ਉਹਨਾਂ ਦਾ ਵਰਕ ਚੱਲ ਰਿਹਾ ਹੁਣ ਤਾਂ ਜਿਹੜੀਆਂ ਏਅਰ ਕੈਨੇਡਾ ਉਹ ਵੀ ਆਪਣੀਆਂ ਫਲਾਈਟਸ ਨੂੰ ਜ਼ਿਆਦਾ ਜਿਹੜੇ ਰਿਜ਼ਿਊਮ ਕਰ ਰਿਹਾ ਜ਼ਿਆਦਾ ਫਲਾਈਟ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਮੇਰੇ ਹਿਸਾਬ ਨਾਲ ਕੁਛ ਨਾ ਕੁਛ ਜਿਹੜੀ ਹਲਚਲ ਹੈ ਐਮਬੈਸੀ ਦੇ ਵਿੱਚ ਜ਼ਰੂਰ ਹੋਊਗੀ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਜਿਹੜੇ ਰਿਵਰਟ ਨੇ ਉਹ ਜ਼ਰੂਰ ਦੇਖਣ ਨੂੰ ਮਿਲਣਗੇ ਹੋ ਸਕਦਾ ਕਿਸੇ ਸੋਫਟਵੇਅਰ ਦੇ ਉੱਤੇ ਉਹ ਵਰਕ ਕਰ ਰਹੇ ਹੋਣ ਕਿਸੇ ਹਿਸਾਬ ਨਾਲ ਆਪਣੇ ਜਿਹੜੇ ਹੈਗਾ ਬੈਕਲੋਗ ਕਲੀਅਰ ਕਰਨਾ ਉਸ ਚੀਜ਼ ਨੂੰ ਉਹ ਚੈੱਕ ਕਰ ਰਹੇ ਹੋਣ ਹੋ ਸਕਦਾ ਕਿ ਆਪਣੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਨਿਊਜ਼ ਆਵੇ ਅਤੇ ਰਿਜ਼ਲਟ ਨੇ ਜਿਹੜੇ ਜਿਸ ਹਿਸਾਬ ਨਾਲ ਸਟੂਡੈਂਟ ਦੇ ਰਿਜ਼ਲਟ ਦੇਖਣ ਨੂੰ ਮਿਲਦੇ ਸੀਗੇ 100, 200, 300 ਰਿਜ਼ਲਟ ਡੇਲੀ ਦਾ ਦੇਖਣ ਨੂੰ ਮਿਲਦਾ ਸੀ ਉਸ ਹਿਸਾਬ ਨਾਲ ਜਿਹੜੇ ਸਪਾਊਸਲ ਓਪਨ ਅਪਾਰਟਮੈਂਟ ਦੇ ਵੀ ਬਹੁਤ ਜਲਦੀ ਆਪਾਂ ਨੂੰ ਰਿਜ਼ਲਟ ਜਿਹੜੇ ਦੇਖਣ ਨੂੰ ਮਿਲਣ ਦੇਖੋ ਇਹਨਾਂ ਦੇ ਹੱਥ 'ਚ ਹੀ ਆ ਸਾਰਾ ਕੁਛ ਇਹਨਾਂ ਨੇ ਬੈਕਲੋਗ ਕਲੀਅਰ ਕਰਨਾ ਹੋਵੇ ਇੱਕ ਦਿਨ ਦੇ ਵਿੱਚ ਬੈਕਲੋਗ ਕਲੀਅਰ ਕਰ ਸਕਦੇ ਨੇ ਜੇਕਰ ਇਹਨੇ ਬੈਕਲੋਗ ਕਲੀਅਰ ਹੀ ਨਾ ਕਰਨਾ ਹੋਵੇ ਤਾਂ ਇਹ 2-3 ਸਾਲ ਵੀ ਲਾ ਸਕਦੇ ਨੇ ਇਹਨਾਂ ਦੇ ਹੱਥ ਦੇ ਵਿੱਚ ਹੀ ਹੈ ਤਾਂ ਮੈਂ ਤੁਹਾਨੂੰ ਕਹੂੰਗਾ ਜੇਕਰ ਇਹ ਕਿਸੇ ਚੀਜ਼ ਦੇ ਉੱਤੇ ਵਰਕ ਕਰ ਰਹੇ ਹੋਏ ਜਾਂ ਫਿਰ ਕਿਸੇ ਨਾ ਕਿਸੇ ਕੰਮ ਦੇ ਉੱਤੇ ਚੱਲ ਰਹੇ ਹੋਏ ਤਾਂ ਮੇਰੇ ਹਿਸਾਬ ਨਾਲ ਬਹੁਤ ਜਲਦੀ ਜਿਹੜੇ ਰਿਵਰਟ ਦੇਖਣ ਨੂੰ ਮਿਲਣਗੇ ਦਿਨ ਦੇ ਵਿੱਚ 3-3, 4-4 ਵੀ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਡੇ ਦੇ ਵਿੱਚ ਇੰਡੀਆ ਦੇ ਵਿੱਚ ਕੰਮ ਹੋਣਾ ਹੈ ਅਤੇ ਨਾਈਟ ਦੇ ਵਿੱਚ ਜਿਹੜੇ ਕੈਨੇਡਾ ਐਮਬੈਸੀ ਵੱਲੋਂ ਜਿਹੜਾ ਕੈਨੇਡਾ ਦੇ ਵਿੱਚ ਕੰਮ ਕੀਤਾ ਜਾਣਾ ਅਤੇ ਬਹੁਤ ਜਲਦ ਆਪਾਂ ਨੂੰ ਰਿਵਰਟ ਦੇਖਣ ਨੂੰ ਮਿਲਣਗੇ ਮੈਂ ਤੁਹਾਨੂੰ ਫਿਰ ਤੋਂ ਹੀ ਕਹੂੰਗਾ ਕਿ ਪੋਜ਼ਿਟਿਵ ਰਹੋ ਅਤੇ ਹੁਣ ਟਾਈਮ ਜਿਹੜਾ ਨਜ਼ਦੀਕ ਆ ਚੁੱਕਿਆ ਗਾ ਜ਼ਰੂਰ ਆਪਾਂ ਨੂੰ ਰਿਵਰਟ ਮਿਲਣਗੇ ਦੇਖੋ ਨੈਗੇਟਿਵ ਹੋਣ ਨਾਲ ਕੋਈ ਕਿਸੇ ਨੂੰ ਰਿਵਰਟ ਨਹੀਂ ਮਿਲੂਗਾ ਹੈ ਨਾ ਕੋਈ ਕੁਛ ਮਰਜ਼ੀ ਸੋਚੀ ਜਾਵੇ ਕੋਈ ਕੁਛ ਮਰਜ਼ੀ ਕਹੀ ਜਾਵੇ ਬਟ ਤੁਸੀਂ ਪੋਜ਼ਿਟਿਵ ਰਹੋਗੇ ਤਾਂ ਜ਼ਰੂਰ ਆਪਾਂ ਨੂੰ ਪੋਜ਼ਿਟਿਵ ਦੇਖਣ ਨੂੰ ਮਿਲੂਗਾ ਆਪਣੇ ਰਿਲੇਸ਼ਨਸ਼ਿਪ ਨੂੰ ਬਚਾ ਕੇ ਰੱਖਣਾ ਗਾ ਹੈ ਨਾ ਦੇਖੋ ਇਹ ਚੀਜ਼ ਆਪਾਂ ਮੰਨਦੇ ਹਾਂ ਕਿ ਦੂਰ ਦੇ ਰਿਲੇਸ਼ਨਸ਼ਿਪ ਹੋ ਗਏ ਬਹੁਤ ਟਾਈਮ ਹੋ ਗਿਆ ਅਲੱਗ ਰਹਿੰਦੇ ਹੋਏ ਬਟ ਫਿਰ ਵੀ ਆਪਾਂ ਨੂੰ ਇਹ ਚੀਜ਼ ਨੂੰ ਜ਼ਰੂਰ ਸਮਝਣਾ ਪਊਗਾ ਕਿ ਜਦੋਂ ਆਪਾਂ ਇੰਨਾ ਵੇਟ ਕਰਕੇ ਹੁਣ ਇੱਕ ਆਪਦੀ ਮੰਜ਼ਿਲ ਦੇ ਕਰੀਬ ਹੈ ਜਿਹੜੇ ਪਹੁੰਚਣ ਲੱਗਿਆਂਗੇ ਤਾਂ ਹੁਣ ਆਪਾਂ ਨੂੰ ਇਹ ਆਸ ਜਿਹੜੀ ਨਹੀਂ ਛੱਡਣੀ ਚਾਹੀਦੀ ਕਿ ਹੁਣ ਸਾਡਾ ਰਿਵਰਟ ਹੈ ਜਿਹੜਾ ਕਿਉਂ ਨਹੀਂ ਆ ਰਿਹਾ ਕਿ ਸਾਡਾ ਰਿਜ਼ਲਟ ਲੇਟ ਹੋਊਗਾ ਕਿ ਐਵੇਂ ਹੋ ਗਿਆ ਜਾਂ ਉਵੇਂ ਹੋ ਗਿਆ ਬਟ ਮੈਂ ਹੁਣ ਤੁਹਾਨੂੰ ਕਹਿ ਸਕਦਾਗਾ ਕਿ ਜੇਕਰ ਐਮਬੈਸੀ ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਵਰਕ ਕਰ ਰਹੀ ਹੋਈ ਤਾਂ ਉਹ ਇਸ ਸਾਲ ਦੇ ਐਂਡ ਦੇ ਵਿੱਚ ਜਿਹੜੇ ਆਪਣੇ ਰਿਵਰਟ ਜਿਹੜੇ ਆਪਾਂ ਨੂੰ ਪ੍ਰੋਵਾਈਡ ਕਰ ਦੂਗੀ ਅਤੇ ਬਹੁਤ ਜ਼ਿਆਦਾ ਹੋਰ ਅਪਰੋਚਿਸ ਵਗੈਰਾ ਵੀ ਚੱਲ ਰਹੀਆਂ ਨੇ ਉੱਧਰ ਵੀ ਕੁਛ ਲੋਇਰਸ ਵਗੈਰਾ ਕਰ ਰਹੇ ਨੇ ਅਪਰੋਚ ਹੈ ਨਾ ਕਿ ਐਮਬੈਸੀ ਨੂੰ ਕਿਹਾ ਜਾਵੇ ਕਿ ਜਿਹੜੇ ਰਿਵਰਟ ਨੇ ਜਲਦੀ ਦੇਵੇ ਬੈਕਲੋਗ ਜਿਹੜਾ ਕਲੀਅਰ ਕਰੇ ਤਾਂ ਜੋ ਵੀ ਇਸ ਦੇ ਉੱਤੇ ਅਪਡੇਟ ਆਊਗਾ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਸ ਤਰ੍ਹਾਂ ਦੇ ਡੇਲੀ ਅਪਡੇਟ ਨੇ ਜਿਹੜੇ ਆਉਂਦੇ ਰਹਿੰਦੇ ਨੇ ਅਤੇ ਵੈਲਾਈਕਨ ਜ਼ਰੂਰ ਦੱਬ ਲਓ ਜਿਸ ਨਾਲ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਜਿਹੜੀ ਮਿਲਦੀ ਰਹੇ ਤਾਂ ਅੱਜ ਦੀ ਵੀਡੀਓ ਤੁਹਾਡੇ ਨਾਲ ਇਹੀ ਸ਼ੇਅਰ ਕਰਨਾ ਸੀਗਾ ਓਕੇ ਜੀ ਥੈਂਕ ਯੂ।